ਜੀ ਸਤ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਫਰੈਂਡ ਅੱਜ ਦਾ ਆਪਾਂ ਬਲੌਗ ਮੰਗਲਵਾਰ ਤੋਂ ਸਟਾਰਟ ਕਰੀਏ ਮੰਗਲਵਾਰ ਦਾ ਦਿਨ ਹੈ ਤੇ ਇੱਥੇ ਆਪਾਂ ਨੇ ਨਾ ਅੱਜ ਸਵੇਰੀ ਚੋਲ ਢੋਲੇ ਸੀਗੇ ਸਵੇਰੇ ਨਹੀਂ ਨ ਕਿ ਦੁਪਹਿਰ ਦਾ ਟਾਈਮ ਸੀਗਾ ਇਹ 12 ਕਿ 1 ਵਜੇ ਦਾ ਸੀਗਾ ਆਪਾਂ ਇੱਥੇ ਚੋਲ ਨਾ ਸਮਾਰ ਕੇ ਧੋ ਕੇ ਸੁੱਕਣੇ ਲਾਦਨੇ ਕਿਉਂਕਿ ਆਪਾਂ ਅੱਜ ਬਣਾਵਾਂਗੇ ਇਹਨਾਂ ਦੀਆਂ ਪਿੰਨੀਆਂ ਹੈਨਾ ਚੋਲਾਂ ਦੀਆਂ ਪਿੰਨੀਆਂ ਬਣਾਵਾਂਗੇ ਧੁੱਪ ਤਾਂ ਹੈ ਨਹੀਂ ਸੀਗੀ ਪਰ ਹਵਾ ਦੇ ਉਹਦੇ ਨਾਲ ਵੀ ਵਧੀਆ ਸੁੱਕ ਗਈ ਸੀਗੇ ਹਨਾ ਪਾਣੀ ਜਾਂ ਸੋਕ ਲਿਆ ਸੀਗਾ ਯਾਨਕਿ ਚੋਲਾ ਨੇ ਜਿਆਦਾ ਧੁੱਪ ਲਵਾਣ ਦੇ ਇਹਨਾਂ ਨੂੰ ਲੋੜ ਨਹੀਂ ਸੀਗੀ ਫਿਰ ਬਾਅਦ ਚ ਇਹਨੂੰ ਆਪਾਂ ਪਿਹਾ ਲਾਂਗੇ ਹਨਾ ਤੇ ਇੱਥੇ ਨਾ ਸ਼ਾਨੂੰ ਦੇਖੋ ਮੁੱਠੀਆਂ ਭਰ-ਭਰ ਕੇ ਲੈ ਕੇ ਜਾਣ ਲੱਗ ਰਿਹਾ ਸੀਗਾ ਖੇਲਣ ਲੱਗ ਰਿਹਾ ਸੀਗਾ ਤੇ ਹੁਣ ਮੈਂ ਉਹਨੂੰ ਯਾਨਕਿ ਰੋਕ ਰਹੀ ਸੀਗੀ ਦੇਖੋ ਡਾਟਿਆ ਸੀਗਾ ਮੈਨੂੰ ਪਤਾ ਨਹੀਂ ਸੀਗਾ ਵੀ ਪਹਿਲਾਂ ਮੈਂ ਦੇਖਿਆ ਨਹੀਂ ਹੈਗਾ ਬਾਅਦ ਚ ਦੇਖਿਆ ਮੈਂ ਕਿ ਇਹ ਕੀ ਕਰਨ ਲੱਗ ਰਿਹਾ ਮੈਂ ਕਿ ਹੈ ਤਾਂ ਮੁੱਠੀਆਂ ਭਰ-ਭਰ ਕੇ ਲੈ ਕੇ ਜਾਣ ਲੱਗ ਰਿਹਾ ਫਿਰ ਉਹਨੂੰ ਮੈਂ ਛਿੜਕਿਆ ਤੇ ਚਲੋ ਜੀ ਫਿਰਣੇ ਹੁਣ ਜਦੋਂ ਸੁੱਕ ਜਾਣਗੇ ਇਹ ਜੋ ਸਮਾਰ ਕੇ ਸੁੱਕ ਜਾਣਗੇ ਫਿਰ ਆਪਾਂ ਇਹਦਾ ਆਟਾ ਪੀਹਾ ਲਾਵਾਂਗੇ ਚੋਲਾਂ ਦਾ ਆਟਾ ਹੈਨਾ ਚੋਲਾਂ ਦੇ ਆਟੇ ਦੀ ਪਿੰਨੀਆ ਬਣਾਵਾਂਗੇ ਤੁਸੀਂ ਬਣੇ ਰਹਿਣਾ ਆਪਣੇ ਬਲੌਗ ਦੇ ਨਾਲ ਤੇ ਪਲੀਜ਼ ਫੁੱਲ ਵਾਚ ਕਰਨਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਨੇ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਕਰੇ ਬਿਨਾ ਤੁਸੀਂ ਜਾਇ ਨਾ ਕਰਿਆ ਕਰੋ ਤੇ ਫਰੈਂਡ ਉਸ ਤੋਂ ਬਾਅਦ ਚੌਲ ਸੁੱਕਣੇ ਲਾਏ ਹੋਏ ਸੀਗੇ ਮੰਮੀ ਹੋਰੇ ਘਰੇ ਬਾਗ ਗਏ ਸੀਗੇ ਤੇ ਇੱਥੇ ਮੈਂ ਬੱਚਿਆਂ ਲਈ ਬਣਾਉਂਦੀ ਸੀਗੀ ਪਾਸਤਾ ਪਾਸਤੇ ਲਈ ਦੇਖੋ ਮੈਨੇ ਵੱਡੇ ਵੱਡੇ ਪਿਆਜ਼ ਪਤਲੇ ਪਤਲੇ ਤੇ ਪਤਲੇ ਪਤਲੇ ਆਲੂ ਤੇ ਪਤਲੀਆਂ ਪਤਲੀਆਂ Shimla mirch ਕੱਟ ਲਈਆਂ ਸੀਗੀਆਂ ਤੇ ਇੱਕ ਸਾਈਡ ਤੇ ਮੈਨੇ ਪਾਸਤਾ ਸੀਗਾ ਪਾਣੀ ਦੇ ਵਿੱਚ ਬੋਇਲ ਹੋਰ ਬੋਇਲ ਕਰਨਾ ਰੱਖਤਾ ਸੀਗਾ ਤੇ ਇੱਕ ਚਮਚਾ ਮੈਨੇ ਕਿਓ ਦਾ ਪਾਤਾ ਸੀਗਾ ਤੇ ਇੱਕ ਸਾਈਡ ਮੈਨੇ ਹੁਣ ਕੜਾਹੀ ਦੇ ਵਿੱਚ फटाफट ਤੇਲ ਪਾਇਆ ਕਿਉਂਕਿ ਸ਼ਨੂ ਦਾ ਸੋਰੀ ਰਮਣੀਤ ਦਾ ਨਾ ਟਿਊਸ਼ਨ ਜਾਣ ਦਾ ਟਾਈਮ ਹੋ ਰਿਹਾ ਸੀਗਾ ਮੇਰਾ ਫਿਰ ਲੇਟ ਹੋ ਜਾਊਗਾ ਤੇ ਖਾ ਕੇ ਵਗ ਜੂਗਾ ਐ ਸੀਗਾ ਤੇ ਇੱਥੇ ਦੇਖੋ ਆਪਣੇ ਪਾਸਤਾ ਸੀਗਾ ਜਿਹੜਾ ਉਬਲ ਹੋ ਗਿਆ ਸੀਗਾ ਤੇ ਇੱਕ ਸਾਈਡ ਤੇ ਮੈਨੇ ਕੜਾਹੀ ਦੇ ਵਿੱਚ ਤੇਲ ਪਹਿਲਾਂ ਹੀ ਪਾ ਲਿਆ ਸੀਗਾ ਫਿਰ ਮੁੰਨਸੇਗਾ ਵੀ ਨਾਲ ਦੀ ਨਾਲ ਮੈਂ ਤੜਕਾ ਲਗਾਉਂਦੀ ਰਹਾ ਮੈਂ ਦੇਖੋ ਛਾਲੀ ਨਾਲ ਦੇਖੋ ਮੈਨੇ ਪਾਸਤਾ ਅਲੱਗ ਕਰ ਲਿਆ ਪਾਣੀ ਤੋਂ ਕੱਢ ਲਿਆ ਪਾਣੀ ਚ ਤੇ ਆਪਾਂ ਅਸਾਂ ਨਾਲ ਪਹਿਲਾ ਪਿਆਜ਼ ਪਾ ਦਵਾਂਗੇ ਫਿਰ ਮੈਂ ਸਾਰੀ ਸਬਜ਼ੀਆਂ ਵਿੱਚ ਮਿਕਸ ਪਾ ਦੰਨੀ ਆ ਦੇਖੋ ਪਹਿਲਾ ਪਿਆਜ਼ ਪਾਤੇ ਫਿਰ ਸ਼ਿਮਲਾ ਮਿਰਚ ਪਾਤੀ ਵੈਸੇ ਤਾਂ ਗਾਜਰ ਵੀ ਪਾਉਣੀ ਸੀਗੀ ਮਟਰ ਵੀ ਸੋਚ ਰਹੀ ਸੀਗੀ ਫਿਰ ਮੈਂ ਕਿਹਾ ਮਟਰ ਛੇ ਛੇ ਤੀ ਗਲਨੇ ਨਹੀਂ ਹੈਗੇ ਮੈਂ ਕਿਹਾ ਫਿਰ ਟਾਈਮ ਜ਼ਿਆਦਾ ਹੋਣ ਲੱਗ ਰਿਹਾ ਹੈ ਨਾ ਵੀ ਕੋਈ ਵੀ ਸਬਜ਼ੀ ਹੋਵੇ ਆਪਾਂ ਪਾ ਸਕਦੇ ਆ ਪਰ ਫਿਲਹਾਲ ਮੈਨੇ ਦੋ ਹੀ ਪਾਈ ਸੀਗੇ ਸਿਰਫ ਆਲੂ ਔਰ ਸ਼ਿਮਲਾ ਮਰਚ ਸ਼ਿਮਲਾ ਮਿਰਚ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਤੇ ਇਸ ਤੋਂ ਬਾਅਦ ਸਾਰੀ ਸਬਜ਼ੀ ਆਪਾਂ ਨੇ ਪਾਤੀਆਂ ਸੀਗੇ ਮੈਂ ਕਹਿੰਨੇ ਉਹ ਪੱਕਣੀਆਂ ਮੈਂ ਚਾਹ ਪੀ ਲੈਣੀ ਕਿਉਂਕਿ ਠੰਡ ਹੋਈ ਪਈ ਸੀਗੀ ਨਾ ਚਾਹ ਮੈਨੇ ਪੀਤੀ ਨਹੀਂ ਹੈਗੀ ਪਹਿਲਾਂ ਪੀਤੀ ਨਹੀਂ ਸੀਗੀ ਤੇ ਇੱਥੇ ਮੈਨੇ ਦੇਖੋ ਚਾਹ ਆਪਣੀ ਪਾ ਕੇ ਰੱਖੀ ਸੀਗੀ ਮੈਸਰ ਪਿੱਕ ਕੁੱਟ ਭਰੀ ਤੇ ਉਸ ਤੋਂ ਬਾਅਦ ਰਮਣੀ ਤਾਂ ਆ ਕੇ ਕਹਿੰਦਾ ਮਮਾ ਮੈਨੇ ਪੀਣੀ ਹੈ ਮੈਂ ਕਹਾਂ ਚਲ ਤੂੰ ਪੀ ਲੈ ਹੈਨਾ ਤੇ ਜਿਹੜੀ ਹੋਰ ਬਚੀ ਉਹ ਮੈਂ ਸ਼ਾਨੂੰ ਨੂੰ ਦੇਤੀ ਸੀਗੀ ਤੇ ਇੱਥੇ ਦੇਖੋ ਆਪਣੀ ਸਬਜ਼ੀਆਂ ਪੱਕ ਗਈ ਸੀਗੇ ਤੇ ਇਹਦੇ ਵਿੱਚ ਆ ਨੂਨ ਮਿਰਚ ਹਲਦੀ ਚਾਟ ਮਸਾਲਾ ਤੇ ਮੈਗੀ ਮਸਾਲਾ ਤੇ ਉਸ ਤੋਂ ਬਾਅਦ ਮੈਂ ਟਮਾਟਰ ਵੀ ਪਾ ਰਹੀ ਹਾਂ ਹੈਨਾ ਟਮਾਟਰ ਦਾ ਤਾਂ ਕਿ ਵਧੀਆ ਟੇਸਟ ਆ ਜਾਊਗਾ ਖਟਾ ਮਿੱਠਾ ਜਾ ਉਸ ਤੋਂ ਬਾਅਦ ਦੇਖੋ ਮੈਂ ਨੇ ਇਸ ਚ ਪਾਤਾ ਪਾਸਤਾ ਤੇ ਇਹਨੂੰ 5 ਕਿ ਮਿੰਟ ਬਾਅਦ ਠੱਕੇ ਰੱਖਾਂਗੇ ਆ ਦੇਖੋ ਇੱਥੇ ਆਪਣਾ ਪਾਸਤਾ ਪਾਸਤਾ ਸੋਰੀ ਹੋ ਗਿਆ ਰੈਡੀ ਕਾਫੀ ਦਿਨਾਂ ਬਾਅਦ ਮੈਨੂੰ ਲੱਗਦਾ ਵੀ ਮੈਂ ਨੇ ਸਿਰਫ ਇਹ ਦੂਜੀ ਵਰੀਓ ਬਣਾਇਆ ਵੈਸੇ ਮੈਂ ਮਕਰੋਨੀ ਜਾਂ ਮੈਗੀ ਜ਼ਿਆਦਾਤਰ ਖਾਣੇ ਹੁੰਦੀਆਂ ਪਾਸਤਾ ਮਕਰੋਨੀ ਸੀ ਬਹੁਤ ਜ਼ਿਆਦਾ ਘੱਟ ਖਾਣੇ ਆ ਜਿਆਦਾ ਫੇਵਰੇਟ ਸਾਡੀ ਮੈਗੀ ਹੈ ਤੇ ਅੱਜ ਪਾਸਤੇ ਪਾਸਤਾ ਨੂੰ ਜੀ ਕਰ ਰਹੀ ਸੀਗਾ ਮਹਾ ਚਲੋ ਬੱਚਿਆਂ ਨੂੰ ਅੱਜ ਪਾਸਤਾ ਬਣਾ ਕੇ ਦੇਣੀ ਆ ਤੇ ਚਲੋ ਜੀ ਇੱਥੇ ਪਾਸਤਾ ਆਪਣਾ ਹੋ ਗਿਆ ਸੀਗਾ ਰੈਡੀ ਬੱਚਨ ਦੇ ਦੇਣੀ ਆ ਤੇ ਆਪਾਂ ਖਾ ਲੈਨੇ ਆ ਤੁਸੀਂ ਵੀ ਆ ਜਾਓ ਖਾ ਲਓ ਠੰਡ ਦੇ ਵਿੱਚ ਵੈਸੇ ਅਸੀਂ ਨਾ ਇਨਕੀ ਬੇ ਟਾਈਮ ਜੀ ਰੋਟੀ ਬਣਾਣੇ ਕਿ 11:00 ਕਵਜੇ ਹੈ ਨਾ ਫਿਰ 11:00 ਕਵਜੇ ਰੋਟੀ ਬਣਾ ਕੇ ਜਿਹੜੀ ਸਵੇਰ ਦੀ ਸਵੇਰ ਦੀ ਤੇ ਦੁਪਹਿਰ ਦੀ ਇਕੱਠੀ ਹੋ ਜਾਏਗੀ ਸ਼ਾਮ ਨੂੰ ਛੋੜੀ ਕਿਵੇਂ ਸਾਰੇ ਮਿਲ ਕਰਦੇ ਕੇ ਫਿਰ ਠੀਕ ਹੋਵੋਗੇ ਫਰਨਾ ਆਪਾਂ ਨੇ ਕੀ ਬਣਾਇ ਸੀਗਾ ਪਾਸਤਾ ਭੁੱਲ ਗਈਆਂ ਪਾਸਤਾ ਆਪਾਂ ਨੇ ਖਾ ਲਿਆ ਤੇ ਇੱਥੇ ਸਾਨੂੰ ਲੱਗ ਰਿਹਾ ਦੇਖੋ ਖੇਲਣ ਆ ਦੇਖ ਇਹਨੂੰ ਮੈਂ ਨਾ ਹੁਣ ਅਰਜਾਈ ਚ ਪਠਾ ਕੇ ਆਈ ਸੀਗੀ ਮਾਹ ਚੱਲੇ ਅਰਜਾਈ ਚ ਬਹਿ ਕੇ ਆਪਣਾ ਟੀਵੀ ਦੇਖ ਲੂਗਾ ਤੇ ਮੈਂ ਆਪਣੇ ਸੂਟ ਦੀ ਮਾਹ ਚੱਲੋ ਕਟਿੰਗ-ਕਟਿੰਗ ਕਰ ਲੈਣੀ ਆ ਮੈਂ ਕਿਹਾ ਚੱਲੋ ਅੱਜ ਮੰਮੀ ਦਾ ਸੂਟ ਕਟਿੰਗ ਕਰਦੀ ਆ ਦੇਖੋ ਸੂਟ ਇਹ ਜਿਹੜਾ ਆਪਾਂ ਨੇ ਪਿੱਛੇ ਜੀ ਲੈ ਕੇ ਆਈ ਸੀਗੀ ਮੈਂ ਤੇ ਉਹ ਸੂਟ ਮੈਂ ਕਿ ਹੁਣ ਬਣਾ ਦੇਣੀ ਕਿਉਂਕਿ ਲੋੜੀ ਤੇ ਜਾਵਾਂਗੇ ਆਪਾਂ ਮੰਮੀ ਦੇ ਭਤੀਜੇ ਦੀ ਲੋੜੀ ਹੈ ਹੈਨਾ ਕਾਫੀ ਸਾਲ ਆਵਾਜ਼ ਮੰਮੀ ਦੇ ਭਤੀਜਾ ਯਾਨੀ ਕਿ ਹੋਇਆ ਹੈਨਾ ਯਾਨੀ ਕਿ ਕਹਿ ਦਿੰਦੀ ਆ ਤੇ ਭਤੀਜਾ ਹੋਇਆ ਤੇ ਉਹਦੀ ਪਹਿਲੀ ਲੋੜੀ ਹੈ ਤੇ ਉਹ ਲੋੜੀ ਤੇ ਉੱਤੇ ਜਾਣਾ ਆਪਾਂ ਨੇ ਤੇ ਇਸ ਕਰਕੇ ਸੂਟ 12 ਤਰੀਕ ਨੂੰ ਜਾਣਾ ਤੇ ਉਸ ਤੋਂ ਪਹਿਲਾਂ ਆਪਾਂ ਨੇ ਸੂਟ ਰੈਡੀ ਕਰ ਲੈਨੇ ਤਿੰਨ ਚਾਰ ਸੂਟ ਨੇ ਆਪਣੇ ਘਰ ਦੇ ਨੇ ਤੇ ਬਣੇ ਰਹਿਣਾ ਬਲੌਗ ਦੇ ਵਿੱਚ ਹੁਣ ਮੈਂ ਸੂਟ ਕਟਿੰਗ ਕਰਦੀ ਆ ਚੋਲ ਵੀ ਆਪਣੇ ਆਟਾ ਬਣ ਕੇ ਆ ਗਿਆ ਹੈ ਨਾ ਚੋਲ ਪਿਹਾ ਕੇ ਲਿਆਏ ਨੇ ਰਮਨੀਤ ਦੇ ਡੈਡੀ ਉਹ ਵੀ ਦੇਖਦੇ ਆ ਜੱਜ ਟਾਈਮ ਲੱਗਿਆ ਅੱਜ ਬਣਾਵਾਂਗੇ ਆਪਾਂ ਅੱਜ ਕੜਾਹੀ ਛਾੜਦੇ ਆ ਤੇ ਨਹੀਂ ਤਾਂ ਫਿਰ ਕੱਲ ਨੂੰ ਤਾਂ ਆਪਾਂ ਪੱਕਾ ਹੀ ਕਰਾਂਗੇ ਹੈਨਾ ਤੇ ਚਲੋ ਜੀ ਬਣੇ ਰਹਿਣਾ ਤੇ ਹੁਣ ਮੈਂ ਸ਼ਰਟ ਕਟਿੰਗ ਕਰਦੀ ਆ ਤੇ ਚਲੋ ਜੀ ਫ੍ਰੈਂਡ ਇੱਥੇ ਮੈਂ ਲੱਗੀ ਸੀਗੀ ਸ਼ਰਟ ਕਟਿੰਗ ਕਰਨ ਮੈਂ ਕਿਹਾ ਪਹਿਲਾਂ ਮੈਂ ਮੰਮੀ ਦਾ ਹੀ ਸੂਟ ਬਣਾ ਦੰਨੀ ਆ ਨਹੀਂ ਤਾਂ ਮੈਂ ਕਿਹਾ ਮੰਮੀ ਮੈਨੂੰ ਜਾਦਾ ਉਹ ਕਰੂਗੀ ਮੈਂ ਕਹ ਬੋਲੀ ਜਾਊਗੀ ਵੀ ਮੇਰਾ ਸੂਟ ਹਾਲ ਤੱਕ ਨਹੀਂ ਬਣਾਇਆ ਹੈਗਾ ਹਾਲ ਤੱਕ ਨਹੀਂ ਮੈਂ ਕਹ ਚਲੋ ਆਪਣਾ ਤਾਂ ਮੈਂ ਫੇਰ ਵੀ ਬਣਾਈ ਲਵਾਂਗੀ ਹੈਨਾ ਆਪਣੇ ਦੀ ਮੈਨੂੰ ਕੋਈ ਐਨੀ ਕਾਲੀ ਨਹੀਂ ਚਲੋ ਹੈਗੀ ਤੇ ਇੱਕ ਧਿਆਨ ਦੇਖੋ ਮੇਰਾ ਸ਼ਾਨ ਕੰਨੀ ਸੀਗਾ ਕਿਉਂਕਿ ਸ਼ਾਨ ਨੇ ਹਾਲੇ ਨਾ ਪੋਟੀ ਨਹੀਂ ਕੀਤੀ ਸੀਗੀ ਤੇ ਮੈਨੂੰ ਵੀ ਉਹਦੇ ਉਹਦੇ ਕੰਨੀ ਮੇਰਾ ਦਿਮਾਗ ਠਲੀ ਜਾਂਦਾ ਸੀਗਾ ਮੈਂ ਕਿਤੇ ਵਿੱਚ ਪੋਟੀ ਨਾ ਕਰ ਦੇ ਵਿੱਚਤਾ ਵਗੈਰਾ ਉਹ ਕਰਦਾ ਨਹੀਂ ਹੈਗਾ ਪਰ ਮੈਨੂੰ ਐ ਸੀਗਾ ਵੀ ਬਾਥਰੂਮ ਦੇ ਵਿੱਚ ਐਂ ਨਾ ਭੱਜ ਜਵੇ ਉਹ ਹੈਨਾ ਤਾਂ ਕਰਕੇ ਤੇ ਇੱਥੇ ਮੈਂ ਪਹਿਲਾਂ ਇੱਕ ਸ਼ਰਟਾਂ ਦੇ ਜਿਹੜੇ ਲੰਬਾਈ ਚੜਾਈ ਲੈ ਕੇ ਆਪਾਂ ਪਹਿਲਾਂ ਲਾਈਨਿੰਗ ਦਾ ਕੱਪੜਾ ਕੱਢ ਲਵਾਂਗੇ ਮੈਂ ਸਿੱਧਾ ਐਂਜੀ ਫਾੜ ਲੈਣੀ ਹੁੰਦੀ ਆ ਤੇ ਬਾਅਦ ਚ ਜਿਹੜੀ ਕਾਨਕੂਨ ਵਗੈਰਾ ਹੁੰਦੀ ਆ ਉਹ ਮੈਂ ਬਾਅਦ ਚ ਚਲੋ ਕੱਢ ਲਵਾਂਗੀ ਹੈਨਾ ਤੇ ਇੱਕ ਵਾਰੀ ਮੈਂ ਕਿਹਾ ਚਲੋ 셔ਟ ਲਾਈਨਿੰਗ ਕੱਟ ਜਵੇ ਫੇਰ ਤਾਂ ਕੋਈ ਔਖੀ ਨਹੀਂ ਹੁੰਦੀ ਹੈਗੀ ਮੇਨ ਕੰਮ ਸਿਰਫ ਲਾਈਨਿੰਗ ਦਾ ਹੀ ਹੁੰਦਾ ਫੇਰ ਤਾਂ ਆਪਾਂ ਲਾਈਨਿੰਗ ਕੱਪੜੇ ਦੇ ਉੱਤੇ ਰੱਖ ਕੇ ਕੱਟ ਲੈਣੇ ਆ ਤੇ ਇੱਥੇ ਦੇਖੋ ਸ਼ਾਨੂੰ ਦੇ ਥੋੜੇ ਇੱਕ ਐਕਸਪ੍ਰੈਸ਼ਨ ਜੇ ਮੈਨੂੰ ਲੱਗੇ ਵੀ ਹਾਂ ਵੀ ਕੁਝ ਕਰੂਗਾ ਪਰ ਕਹਿੰਦਾ ਨਹੀਂ ਮਮਾ ਮੈਂ ਕੁਝ ਨਹੀਂ ਕਰਨਾ ਹੈਗਾ ਮੈਂ ਕਿਹਾ ਚੱਲ ਠੀਕ ਹੈ ਮੈਂ ਕਿਹਾ ਫਿਰ ਤੂੰ ਮੈਨੂੰ ਦੱਸਦੀ ਹੈਨਾ ਵੀ ਬਾਥਰੂਮ ਦੇ ਵਿੱਚ ਐਂ ਨਾ ਜਾਈਂ ਕਹਿੰਦਾ ਠੀਕ ਹੈ ਮਮਾ ਕਿਉਂਕਿ ਮੈਂ ਇੱਥੇ ਨਾ ਇਹਦੇ ਮਤਲਬ ਕਿ ਸ਼ੂਜ਼ ਵਗੈਰਾ ਪਾ ਕੇ ਨਹੀਂ ਰੱਖਦਾ ਹੈਗੇ ਸਿਰਫ ਸੋਕਸੀ ਪਾ ਕੇ ਰੱਖਦਾ ਹੁੰਦਾ ਤੇ ਮੈਂ ਕਿਹਾ ਚਲ ਖੇਢੀ ਜਾਂਦੇ ਨੂੰ ਤੇ ਇੱਥੇ ਹੁਣ ਆਗੇ ਸੀਗੇ ਮੰਮੀ ਹੋਰੇ ਜਦੋਂ ਮੰਮੀ ਹੋਰੇ ਮਤਲਬ ਜਦੋਂ ਕੋਈ ਵੀ ਆ ਜਾਂਦਾ ਮੈਂ ਸੂਟ ਵਗੈਰਾ ਕਟਿੰਗ ਕਰਦੀ ਆ ਜਾਂ ਮੈਂ ਬਣਾਉਣੀ ਆ ਫਿਰ ਮੇਰੇ ਤੋਂ ਕੰਮ ਨਾ ਹੁੰਦਾ ਨਹੀਂ ਹੈਗਾ ਹੁਣ ਦੇਖੋ ਮੰਮੀ ਹੋਰੇ ਆਗੇ ਸੀ ਕਿ ਹੁਣ ਮੈਂ ਮੰਮੀ ਹੋਰਾਂ ਨਾਲ ਲੱਗੀ ਸੀਗੀ ਗੱਲਾਂ ਬਾਤਾਂ ਕਰਨ ਹੈ ਨਾ ਰਮਨੀਤ ਦੇ ਡੈਡੀ ਤੇ ਮੈਨੂੰ ਦੋਨੇ ਭੈਣ ਭਾਈ ਪਤਾ ਨਹੀਂ ਕੀ ਫੋਨ ਦੇ ਵਿੱਚ ਕਰ ਰਹੇ ਸੀਗੇ ਮੈਂ ਵੀ ਉਹਨਾਂ ਦੇ ਨਾਲ ਹੀ ਲੱਗ ਗਈ ਤੇ ਇੱਥੇ ਮੰਮੀ ਕਰ ਰਹੀ ਸੀਗੀ ਚੁੱਲ੍ਹੇ ਤੇ ਅੱਗ ਮਚਾਉਣ ਦੀ ਤਿਆਰੀ ਮੰਮੀ ਨੂੰ ਲੱਗ ਰਹੀ ਸੀਗੀ ਠੰਡ ਮੰਮੀ ਚੁੱਲਾ ਚਲਾ ਰਹੀ ਸੀਗੀ ਬਾਹਰੇ ਹੈ ਨਾ ਲੋੜੀ ਤੇ ਆਪਾਂ ਨੇ ਜਾਣਾ ਮੰਮੀ ਦੀ ਨਾ ਪਤੀਜੇ ਦੀ ਪਹਿਲੀ ਲੋੜੀ ਆ ਮੰਮੀ ਦੇ ਪੰਜ ਕੁੜੀਆਂ ਬਾਅਦ ਪਤੀਜਾ ਹੋਇਆ ਹੈ ਨਾ ਤੇ ਮੰਮੀ ਬਹੁਤ ਜ਼ਿਆਦਾ ਐਕਸਾਈਟਡ ਆ ਮੰਮੀ ਕਿ ਅਸੀਂ ਸਾਰੇ ਜਣੇ ਘਰ ਦੇ ਬਹੁਤ ਜ਼ਿਆਦਾ ਹੈ ਨਾ ਖੁਸ਼ ਆ ਕਿ ਚਲੋ ਪਹਿਲੀ ਲੋੜੀ ਮਨਾਵਾਂਗੇ ਤੇ ਫਿਰ ਮਾਮੇ ਨੇ ਵਧੀਆ ਚਲੋ ਪ੍ਰੋਗਰਾਮ ਰੱਖਿਆ ਤੇ ਲਵੀ ਆਪਣੇ ਲੈਰੇ ਕੋਲੇ ਆ ਹੈ ਨਾ ਉੱਥੇ ਜਾਵਾਂਗੇ ਤੇ ਪਰ ਹੁਣ ਅਸੀਂ ਗੱਲਾਂ ਕਰ ਰਹੇ ਸੀਗੇ ਕੜਾਹੀ ਦੀ ਹੈਨਾ ਕੜਾਹੀ ਨਹੀਂ ਸਾਨੂੰ ਮਿਲ ਰਹੀ ਸੀਗੀ ਵੀ ਕੜਾਹੀ ਕਿਦੀ ਲੈ ਕੇ ਆਈਏ ਹੈਨਾ ਤੇ ਇੱਥੇ ਕੜਾਹੀ ਬਾਰੇ ਚਲ ਗੱਲਾਂ ਹੋ ਰਹੀਆਂ ਸੀਗੀ ਵੀ ਪਿੰਨੀਆਂ ਵੀ ਅੱਜ ਬਣਾਈਏ ਕਿ ਕੱਲ ਤੇ ਇੱਥੇ ਨਾ ਰਮਣੀ ਤੇ ਦੇੜੀ ਨਾ ਘੜੇ ਘੜੇ ਕਹੇ ਜਾਂਦੇ ਸੀਗੇ ਵੀ ਮੈਂ ਜਾਣਾਂ ਹੈਨਾ ਵੀ ਪਿੰਡੇ ਜਾਣਾ ਮੰਮੀ ਦੇ ਪੇਕੇ ਯਾਨੀ ਕਿ ਨਾਨਕੇ ਹੈਨਾ ਪਰ ਮਿੰਟ ਕੁ ਬਾਅਦ ਕਹਿ ਦਿੰਦੇ ਮੈਂ ਜਾਣਾਂ ਜਾਂਦੇ ਹੈ ਨਹੀਂ ਸੀਗੇ ਕਹਿੰਦੇ ਮੈਂ ਜਾਣਾ ਮੈਂ ਜਾਣੀ ਸੀਗੇ ਪਹਾਂ ਤੁਹਾਨੂੰ ਚਾਹੀਦਾ ਕੀ ਹੈ ਹੈਨਾ ਵੀ ਤੁਸੀਂ ਜਾਂਦੇ ਕਾ ਤੋਂ ਨਹੀਂ ਹੈਗੇ ਵੀ ਮਿੰਟ ਬਾਅਦ ਉਹਨਾਂ ਨੂੰ ਐ ਸੀਗਾ ਵੀ ਕੋਈ ਸਮਾਨ ਵੀ ਜੇ ਮੰਗਵਾਣਾ ਹੈ ਨਾ ਵੀ ਉਹ ਮੰਗਵਾ ਲਿਆ ਕੇ ਦੇ ਦਿੰਨਾ ਮੈਂ ਐ ਹੋ ਰਿਹਾ ਸੀਗਾ ਤੇ ਉਸ ਤੋਂ ਬਾਅਦ ਚਲੋ ਰਮਣੀ ਤੇ ਦੇ ਡੈਡੀ ਫਾਈਨਲੀ ਬਾਗ ਗਏ ਤੇ ਮੰਮੀ ਵੀ ਕੜਾਹੀ ਲੈਣ ਚਲੋ ਬਾਗ ਗਈ ਸੀ ਕਿ ਕਿਸੇ ਦੇ ਮੰਗਮੇ ਲੈਣ ਗਏ ਸੀਗੇ ਇੱਕ ਦੋ ਇਹਨਾਂ ਕੀ ਮੰਮੀ ਦੀ ਭੂਆ ਦੇ ਹੈਗੀ ਸੀਗੀ ਕੜਾਹੀ ਫਿਰ ਉਹ ਮਿਲੀ ਨਹੀਂ ਹੈਗੀ ਉਹਨਾਂ ਨੇ ਆਪਨੇ ਛਾੜੀ ਹੋਈ ਸੀਗੀ ਫਿਰ ਮੰਮੀ ਕਿਸੇ ਹੋਰ ਤੋਂ ਲੈਣ ਗਈ ਸੀਗੇ ਤੇ ਚਲੋ ਜੀ ਇੱਥੇ ਫਿਰ ਮੈਂ ਮੰਨੂ ਨੂੰ ਕਿਹਾ ਮੈਂ ਮੰਨੂ फटाफट ਆਪਣੇ ਵਾਸਤੇ ਬਣਾ ਲੈ ਚਾਹ ਤੇ ਮੈਂ ਲੱਗਦੀ ਆ ਮੰਮੀ ਦੀ ਸ਼ਰਟ ਕਟਿੰਗ ਕਰਨ ਮਕਨ ਹੈ ਮਮਮੀ ਮਮਮੀ ਦੀ ਅਗਰ ਜੇ ਸੂਟ ਕਟਿੰਗ ਨਹੀਂ ਹੋਇਆ ਨਾ ਫਿਰ ਬਣਨਾ ਨਹੀਂ ਹੈਗਾ ਚੇਤੀ ਮਾ ਮਮਮੀ ਫਿਰ ਮੈਨੂੰ ਬੋਲੀ ਜਾਊਗੀ ਵੀ ਹਾਈ ਮੇਰਾ ਸੂਟ ਨਹੀਂ ਬਣਾਇਆ ਮੇਰਾ ਸੂਟ ਨਹੀਂ ਬਣਾਇਆ ਇਸ ਕਰਕੇ ਪਹਿਲਾ ਮਕਮਾ ਮੈਂ ਮਮਮੀ ਦਾ ਬਣਾਉਣੀ ਆ ਤੇ ਇੱਥੇ ਚਲੋ ਮਨੂੰ ਨੇ ਧਰ ਲਈ ਸੀਗੀ ਚਾਹ ਆਪਣੇ ਲਈ ਤੇ ਸ਼ਾਨੂ ਨੇ ਬਹੁਤ ਜ਼ਿਆਦਾ ਘਰ ਚ ਪਾਖਿਆ ਸੀਗਾ ਅੱਗਾ ਅੰਦਰ ਵੀ ਬਾਹਰ ਵੀ ਪੂਰਾ ਖਲਾਰਾ ਹੋਇਨੇ ਪਾਇਆ ਹੋਇਆ ਸੀਗਾ ਤੇ ਇੱਥੇ ਦੇਖੋ ਮੈਨੇ ਲਾਈਨਿੰਗ ਪਿਛਾ ਕੇ ਮੈਂ ਅੰਜੀ ਰੱਖ ਗਈ ਸੀਗੀ ਆਹ ਹੁੰਦਾ ਮੇਰੇ ਨਾਲ ਮੈਨੂੰ ਜਦ ਵੀ ਮਤਲਬ ਕੋਈ ਵੀ ਆ ਜਾਵੇ ਚਾਹੇ ਸ਼ਾਨੂੰ ਹੈ ਨਾ ਜੇ ਸਾਨੂੰ ਵੀ ਹੁੰਦਾ ਨਾ ਫਿਰ ਵੀ ਮੇਰੇ ਤੋਂ ਘੱਟ ਕੰਮ ਹੁੰਦਾ ਕਿਉਂਕਿ ਫਿਰ ਮੇਰਾ ਦਿਮਾਗ ਸ਼ਾਨੂੰ ਕਰਨੀ ਹੁੰਦਾ ਹੈ ਨਾ ਵੀ ਉਹ ਅੰਦਰ ਬਾਹਰ ਨਾ ਵਗ ਜਾਵੇ ਵੀ ਉੱਪਰ ਨਾ ਬਾਗ ਰਵੇ ਕਈ ਵਰੀ ਇਹੋ ਜੀ ਚੀਜ਼ਾਂ ਨੂੰ ਛੇੜਨ ਲੱਗ ਜਾਂਦਾ ਜਿਹੜੀ ਉਹਦੇ ਕੰਮ ਦੀ ਬਿਲਕੁਲ ਵੀ ਨਹੀਂ ਹੈਗੀ ਇਸ ਕਰਕੇ ਤੇ ਇੱਥੇ ਵੀ ਸਾਨੂੰ ਚਾਹ ਦੇ ਕੇ ਨਾ ਹੁਣ ਮੈਨੂੰ ਘਰੇ ਵਗ ਜੂਗੀ ਕਹਿੰਦੀ ਵੀ ਘਰੇ ਚਿੰਤਾ ਕੁਟਾਇਆ ਨਹੀਂ ਲੱਗਿਆ ਹੋਇਆ ਪਰ ਇੱਥੇ ਹੁਣ ਮੈਂ ਇਹਨੂੰ ਐ ਸੀਗਾ ਵੀ ਮੰਮੀ ਜੇ ਅਗਰ ਕੜਾਹੀ ਮੰਮੀ ਨੂੰ ਮਿਲ ਗਈ ਵੀ ਮੰਮੀ ਫਿਰ ਹੁਣੀ ਇੱਤਾਂ ਰੁਗੀ ਤੇ ਇੱਥੇ ਫਿਰ ਮੰਮੀ ਦੀ ਸ਼ਰਟ ਰਹਿ ਜੂਗੀ ਫਿਰ ਮੈਂ ਇੱਥੇ ਹੁਣ ਫਟਾਫਟ ਮੈਂ ਕਿਹਾ ਚਲੋ ਸ਼ਰਟ ਕਟਿੰਗ ਕਰ ਦੇਣੀ ਆ ਪਰ ਫਿਲਹਾਲ ਮੰਮੀ ਨੂੰ ਕੜਾਹੀ ਮਿਲ ਗਈ ਸੀਗੀ ਹੈਨਾ ਪਰ ਮੈਂ ਮੰਮੀ ਨਾਲ ਕੋਈ ਹੈਲਪ ਨਹੀਂ ਇੰਨੀ ਕਰਾਈ ਹੈਗੀ ਕਿਉਂਕਿ ਮੈਨੇ ਪਹਿਲਾਂ ਦੇਣੀ ਸੀਗੀ ਸ਼ਰਟ ਮੈਂ ਕਹਿੰਨਾ ਹਾਂ ਪਹਿਲਾਂ ਮੈਂ ਸ਼ਰਟ ਕਟਿੰਗ ਕਰਾਂ ਕਿਉਂਕਿ ਮੈਂ ਜਿਹਨੂੰ ਸ਼ਰਟ ਕਟਿੰਗ ਲਈ ਕਟਿੰਗ ਕਰਕੇ ਦੇਣੀ ਆ ਫਿਰ ਓਨੇ ਵੀ ਬਣਾਉਣੀ ਆ ਹੈਨਾ ਕਿਉਂਕਿ ਮੇਰੇ ਤੋਂ ਦੇਖੋ ਇੰਨਾ ਹੁੰਦਾ ਨਹੀਂ ਹੈਗਾ ਹੁਣ ਬੱਚੇ ਵੀ ਦਿਨ ਛੋਟੇ ਹੋਣ ਕਰਕੇ ਘਰ ਚ ਬਹੁਤ ਜ਼ਿਆਦਾ ਫਿਰ ਗਾਹ ਮੰਗੂ ਪਿਆ ਰਹਿੰਦਾ ਮੰਮੀ ਹੋਰੇ ਆ ਜਾਂਦੇ ਨੇ ਫਿਰ ਤਾਂ ਮੇਰੇ ਤੋਂ ਬਿਲਕੁਲ ਵੀ ਨਹੀਂ ਕੰਮ ਧੰਦਾ ਹੁੰਦਾ ਹੈਗਾ ਸਲਾਈ ਦਾ ਕੀ ਵੀਡੀਓ ਦਾ ਕੀ ਹੈਨਾ ਤੇ ਇੱਥੇ ਫਿਰ ਮੈਂ फटाफट 셔ਟ ਕਟਿੰਗ ਕਰਕੇ ਇੱਥੇ ਪਿੰਨੀਆਂ ਦੀ ਹੋ ਗਈ ਸੀਗੀ ਤਿਆਰੀ ਮੇਰੀ ਨੰਦ ਨੂੰ ਆਪਾਂ ਨੇ ਦੇ ਕੇ ਆਣੀਆਂ ਨੇ ਪਿੰਨੀਆਂ ਹਨਾ ਨੰਦ ਦੀ ਤਿਆਰੀ ਹੋ ਰਹੀ ਹੈ ਇਹ ਪਿੰਨੀਆਂ ਲੋੜੀ ਦੀ ਆਪਾਂ ਲੋੜੀ ਦੇ ਕੇ ਆਉਣੀ ਹੈ ਤੇ ਉਹਦੇ ਲਈ ਮੈਂ ਸਾਟਾ ਮੰਮੀ ਨੇ 2 ਕਿਲੋ ਆਟਾ ਹੀ ਭੁੰਨਿਆ ਆਪਾਂ ਨੇ ਕੋਈ ਜ਼ਿਆਦਾ ਨਹੀਂ ਕਰਿਆ ਹੈਗਾ 2 ਕਿਲੋ ਆਟਾ ਤੇ ਬਾਕੀ ਜਿਹੜਾ ਘਿਓ ਵਗੈਰਾ ਹੁੰਦਾ ਤੇ ਦੁੱਧੇ ਜਿੰਨਾ ਪੈਂਦਾ ਹੁੰਦਾ ਉਹ ਮੈਂ ਜਦੋਂ 셔ਟ ਕਟਿੰਗ ਕਰ ਰਹੀ ਸੀਗੀ ਨਾ ਮੈਨੇ ਨਾਲ ਦੇ ਨਾਲ ਦੁੱਧ ਵੀ ਰੱਖਤਾ ਸੀਗਾ ਹਨਾ ਉਬਾਲਣਾ ਵੀ ਮਤਲ ਚਾਸ਼ਨੀ ਜੀ ਬਣਾਉਣੀ ਜਿਹੜੀ ਹੁੰਦੀ ਐ ਖੰਡ ਪਾ ਕੇ ਹਨ ਤੇ ਮੰਮੀ ਹੁਣ ਲੱਗ ਰਹੀ ਸੀਗੀ ਕੱਲੀ ਜਣੀ ਮੰਮੀ ਮੰਮੀ ਕੱਲੀ ਜਣੀ ਨਹੀਂ ਸੀਗੀ ਨਾਲ ਹੈਲਪ ਕਰਾਉਣ ਵਾਲੇ ਬਹੁਤ ਸੀਗੇ ਰਮਣੀਤ ਸੀਗਾ ਸ਼ਾਨੂੰ ਸੀਗਾ ਮੰਮੀ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀਗੇ ਮੰਮੀ ਨੇ ਮੈਨੂੰ ਅੰਦਰ ਹੱਕਾ ਮਾਰੀ ਜਾਂਦੀ ਸੀਗੀ ਕਹਿੰਦੀ ਆਹ ਦੇਖ ਲੈ ਆਹ ਦੇਖ ਲੈ ਪਰ ਮੈਨੂੰ ਆਪਣੀ ਕਾਲੀ ਹੋਈ ਪਈ ਸੀਗੀ ਵੀ ਮੈਂ ਆਪਣੀ ਸ਼ਰਟ ਕਟਿੰਗ ਕਰਾ ਹਨਾ ਪਹਿਲਾਂ ਐ ਸੀਗਾ ਤੇ ਇੱਥੇ ਦੇਖ ਸ਼ਾਨੂੰ ਨਾ ਕੰਮ ਕਰਾ ਰਿਹਾ ਕੀ ਆਹ ਝਾੜੂ ਲਗਾ ਰਿਹਾ ਸੀਗਾ ਉਹ ਮੈਂ ਕਿਹਾ ਮੰਮੀ ਦੇਖ ਕਿੰਨੀ ਹੈਲਪ ਕਰਾਉਂਦਾ ਦੇਖ ਲੈ ਮੇਰੇ ਦੋਨੇ ਮਾ ਪਿਓ ਪੁੱਤ ਹੈ ਨਾ ਮੈਂ ਕਿਹਾ ਦੇਖ ਲੈ ਕੰਮ ਕਿੰਨਾ ਕਰਦੇ ਨੇ ਤੇ ਝਾੜੂ ਲਗਾ ਰਿਹਾ ਸੀਗਾ ਲਗਾਉਣ ਮੈਂ ਕਿਹਾ ਇਹਨੂੰ ਵੀ ਆਪਣੇ ਪਿਓ ਦੀ ਰੀਸ ਹੋ ਗਈ ਹੈ ਹੈਨਾ ਉੱਪਨੇ ਰੈਡੀ ਵਾਂਗੂ ਕਰਦਾ ਮੈਂ ਖਾਇ ਇਹ ਵੀ ਤੇ ਥੋੜੀ ਜਿਹੀ ਕਿ ਮੈਨੇ ਇਹਦੀ ਵੀਡੀਓ ਫਿਰ ਮੈਂ ਕਿਹਾ ਚਲੋ ਸ਼ੂਟ ਕਰਦੀ ਆ ਮੰਮੀ ਮੈਨੂੰ ਤੂੰ ਗਾਣਾ ਲਾ ਦੇ ਜੀ ਕਹਿੰਦੀ ਤੈਨੂੰ ਵੀਡੀਓ ਦੀ ਹੋਈ ਪਈ ਐ ਤੇ ਕਹਿੰਦੀ ਮੇਰਾ ਆਟਾ ਲਗਣ ਲੱਗ ਰਿਹਾ ਤੇ ਮੈਂ ਕਿਹਾ ਮੰਮੀ ਵੈਸੇ 2 ਮਿੰਟ ਖੜ ਜਾ ਆ ਦੇਖ ਝਾੜੂ ਲਗਾ ਰਿਆ ਸੀ ਕਿਹਾ ਕਹਿੰਦਾ ਮਮਾ ਮੈਨੇ ਸਾਰਾ ਲਾਤਾ ਗੇਟ-ਕੂਟ ਖੋਲ ਕੇ ਸਾਰਾ ਲਗਾਇਆ ਸੀਗਾ ਇਹਨੇ ਤੇ ਮੈਂ ਕਿਹਾ ਪੁੱਤ ਇਹੋ ਜੇ ਝੱਜ ਨਾ ਕਰਿਆ ਕਰ ਮੈਂ ਖਾ ਮੈਂ ਆਪੀ ਕਰ ਲਿਆ ਕਰਾਂਗੀ ਤੇ ਚਲੋ ਜੀ ਫਿਰੈਂਡ ਇੱਥੇ ਆਪਣਾ ਆਟਾ ਭੁੰਨ ਗਿਆ ਸੀਗਾ ਤੇ ਹੁਣ ਮੈਂ ਦੁੱਧ ਦੇ ਵਿੱਚ ਪਹਿਲਾਂ ਹੀ ਖੰ ਉਹ ਪਾਦ ਮੰਗੇ ਦੇ ਆٹے ਦੇ ਵਿੱਚ ਹੈਨਾ ਤੇ ਇਹਦੀ ਫਿਰ ਬਾਅਦ ਚ ਆਪਾਂ ਪਿੰਨੀਆਂ ਜੀ ਛੋਟ-ਛੋਟੀਆਂ ਦੀ ਗੋਲ-ਗੋਲ ਜੀ ਬਣਾ ਲਵਾਂਗੇ ਤੇ ਫਿਰ ਹੁਣ ਆਪਾਂ ਆٹے ਦੇ ਵਿੱਚ ਜਿਹੜੀ ਦੁੱਧ ਦੇ ਵਿੱਚ ਆਪਾਂ ਨੇ ਖੰਡ ਘੋਲੀ ਸੀਗੀ ਉਹ ਨਾਲ ਥੋੜੀ-ਥੋੜੀ ਕਰਕੇ ਪਾਈ ਜਾਵਾਂਗੇ ਤੇ ਹਿਲਾਇ ਜਾਵਾਂਗੇ ਹੈਨਾ ਤੇ ਫਿਰ ਆਮ ਨਾਲ ਜਦੋਂ ਸਾਰੀ ਰਲ ਗਈ ਹੈਨਾ ਫਿਰ ਆਪਾਂ ਛੋਟ-ਛੋਟੀਆਂ ਦੀ ਪਿੰਨੀਆਂ ਜੀ ਬੱਟ ਲਵਾਂਗੇ ਮੰਮੀ ਵੈਸੇ ਵਧੀਆ ਰਲਾਰੀ ਸੀਗੀ ਮੈਂ ਤਾਂ ਸਿਰਫ ਕਲਾ ਦੁੱਧ ਜਾਂ ਪਾਉਂਦੀ ਸੀਗੀ ਕਿਉਂਕਿ ਮੇਰੇ ਤੋਂ ਨਾ ਫਿਰ ਛਾਲੇ ਜੀ ਵੱਜ ਜਾਂਦੀ ਸੀਗੀ ਫਿਰ ਮੰਮੀ ਬੋਲਦੀ ਸੀਗੀ ਹਨਾ ਤੇ ਚਲੋ ਜੀ ਇੱਥੇ ਦੇਖੋ ਸਾਨੇ ਦੋਨੇ ਜਿਆਨੇ ਦੋਨੇ ਜਣਿਆ ਨੇ ਕਰਤੀ ਪਿੰਨੀਆਂ ਤਿਆਰ ਕਰਤੀਆਂ ਜੀ ਤੇ ਹੁਣ ਆਪਾਂ ਇਹਨੂੰ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖ ਲਵਾਂਗੇ ਲੋੜੀ ਦੀ ਸਾਰੀ ਤਿਆਰੀ ਆਨੰਦ ਦੀ ਕਰਤੀ ਆਪਾਂ ਤੇ ਚਲੋ ਜੀ ਫਰੈਂਡ ਹੁਣ ਆਪਾਂ ਕਰਦੇ ਆਂ ਅੱਜ ਦੀ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜੋਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਿਊ ਆਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਆਪਾਂ ਕੱਲੂ ਫੇਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਓਕੇ ਟਾਟਾ ਬਾਏ ਬਾਏ